ਕਿਆ ਕਿਉਂਕਿ ਕਿਸਾਨੀ ਅੰਦੋਲਨ ਨੇ ਲੋਕਾਂ ਨੂੰ ਇੰਨਾ ਕੁ ਤਾਂ ਜਗਾ ਦਿੱਤਾ ਹੈ ਕਿ ਉਹ ਆਪਣੇ ਚੰਗੇ ਤੇ ਮਾੜੇ ਦਾ ਫੈਸਲਾ ਕਰ ਸਕਦੇ ਨੇ। ਅੱਜ ਪੰਜਾਬ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਫੈਸਲਾ ਕਰ ਚੁੱਕਿਆ ਹੈ। ਆਉਣ ਵਾਲੇ ਸਮੇਂ 'ਚ ਤੁਸੀਂ ਦੇਖਿਓ ਅਰਵਿੰਦ ਕੇਜਰੀਵਾਲ ਹੀ ਦੁਨੀਆ ਦਾ ਇੱਕੋ ਇੱਕ ਮੁੱਖ ਮੰਤਰੀ ਹੈ ਜਿਹਨੇ ਵਾਅਦੇ ਕੀਤੇ ਤੇ ਪੂਰੇ ਕਰਕੇ ਦਿਖਾਏ। ਆਉਣ ਵਾਲੇ ਸਮੇਂ ਦੇ ਵਿੱਚ ਇੱਕੋ ਇੱਕ ਪਾਰਟੀ ਹੈ ਹਿੰਦੁਸਤਾਨ 'ਚ ਆਮ ਆਦਮੀ ਪਾਰਟੀ ਜਿਹੜੀ ਮੈਨੀਫੈਸਟੋ 'ਚ ਜਿਹੜੇ ਕੰਮ ਕਵੇਗੀ ਉਹ ਕਰਕੇ ਦਿਖਾਊਗੀ। ਇਹਨਾਂ ਕਾਂਗਰਸ ਅਕਾਲੀਆਂ ਵਾਂਗੂ ਨਹੀਂ ਵੀ, ਕਿਉਂਕਿ ਤੁਸੀਂ ਇੱਕ ਇੱਕ ਚੀਜ਼ ਦੇਖੋ। 20 ਸਾਲਾਂ ਦੀ ਤੁਸੀਂ ਪਿਛਲੀਆਂ ਸਰਕਾਰਾਂ ਦੇਖੋ, 20 ਸਾਲਾਂ ਦੇ ਵਿੱਚੋਂ 10 ਸਾਲ ਕਾਂਗਰਸ ਕੋਲ ਰਹੇ ਨੇ, 10 ਸਾਲ ਰਹੇ ਨੇ ਕੈਪਟਨ ਆਪਣੇ ਬਾਦਲਾਂ ਦੇ ਕੋਲ। ਇਹਨਾਂ 10 ਸਾਲਾਂ ਦੇ ਵਿੱਚ ਇਹਨਾਂ ਨੇ ਪੰਜਾਬ ਨੂੰ ਉਜਾੜਨ ਦਾ ਅਤੇ ਆਪਣੇ ਵੱਡੇ ਵੱਡੇ ਫਾਰਮ ਬਣਾਉਣ ਤੋਂ ਇਲਾਵਾ ਕੋਈ ਕੰਮ ਨਹੀਂ ਕੀਤਾ। ਇਸ ਲਈ ਜਿਹੜੀ ਆਉਣ ਵਾਲੀ 2022 ਹੈ ਉਹਦੇ ਵਿੱਚ ਜਿੰਨੇ ਵੀ ਆਪਣੇ ਸੂਝਵਾਨ ਵੋਟਰ ਨੇ ਉਹ ਸਾਰੇ ਆਮ ਆਦਮੀ ਪਾਰਟੀ ਨੂੰ ਵੋਟ ਕਰਨਗੇ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ। ਸਤਿ ਸ਼੍ਰੀ ਅਕਾਲ ਜੀ। ਦਵਿੰਦਰ ਜੀ, ਇੱਕ ਜਿਹੜਾ ਕੱਲ੍ਹ ਕੈਪਟਨ ਸਿੰਘ ਅਮਰਿੰਦਰ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ 'ਤੇ ਜਿੰਨੇ ਵੀ ਸਰੋਤੇ ਨੇ ਉਹਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਅਸਤੀਫਾ ਦਿੱਤਾ ਇਹ ਬਹੁਤ ਵੈਲ ਪਲੈਨਿੰਗ ਦੇ ਨਾਲ ਕਾਂਗਰਸ ਨੇ ਅਸਤੀਫਾ ਦਵਾਇਆ। ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਪੰਜਾਬ ਨਾਲ, ਉਹਨਾਂ ਵਾਅਦਿਆਂ ਨੂੰ ਪੂਰੇ ਨਾ ਕਰ ਸਕੇ। ਅੱਜ ਤੁਸੀਂ ਪਟਿਆਲੇ ਚਲੇ ਜਾਓ, ਰਜਿੰਦਰਾ ਤੋਂ ਧਰਨੇ ਸ਼ੁਰੂ ਹੋ ਜਾਂਦੇ ਨੇ, ਉਹ ਡੀਸੀ ਦਫ਼ਤਰ ਤੱਕ ਧਰਨੇ ਹੀ ਧਰਨੇ ਨੇ ਸਾਰੇ ਇੰਪਲੋਇਸ। ਤੁਸੀਂ ਵਾਟਰ ਬਾਕਸ ਦੀ ਗੱਲ ਕਰ ਲਓ, ਤੁਸੀਂ ਕਿਸੇ ਵੀ ਸਰਕਾਰੀ ਵਿਭਾਗ ਦੀ ਗੱਲ ਕਰ ਲਓ, ਉਹਨਾਂ ਦੇ ਮੁਲਾਜ਼ਮ ਨੇ ਜਿਹੜੇ ਉਹ ਉੱਥੇ ਧਰਨਿਆਂ 'ਤੇ ਬੈਠੇ ਨੇ। ਪੰਜਾਬ ਦੇ ਵਿੱਚ ਅੱਜ ਪੰਜਾਬ ਧਰਨਿਆਂ ਲਈ ਮਸ਼ਹੂਰ ਹੋਇਆ ਪਿਆ। ਕਿਸਾਨ ਦਿੱਲੀ ਬੈਠੇ ਨੇ ਅਤੇ ਜਿੰਨੇ ਮੁਲਾਜ਼ਮ ਨੇ ਉਹ ਮੁੱਖ ਮੰਤਰੀ ਦੇ ਕੋਠੀ ਦੇ ਬਾਹਰ ਜਾਂ ਉਹਦੇ ਸ਼ਹਿਰ ਦੇ ਵਿੱਚ ਬੈਠੇ ਨੇ। ਅਤੇ ਅੱਜ ਜਿਹੜਾ ਕੈਪਟਨ ਨੇ ਪਿਛਲੀ ਦਿਨੀ ਅਸਤੀਫਾ ਦਿੱਤਾ ਉਹ ਇਹਨਾਂ ਨੇ ਇਸ ਲਈ ਦਿੱਤਾ ਵੀ ਹੁਣ ਇਹਨਾਂ ਨੇ ਇੱਕ ਨਵਾਂ ਗੱਪੀ ਤਿਆਰ ਕਰਨਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਗੱਪ ਖਤਮ ਹੋ ਗਏ। ਹੁਣ ਇਹਨਾਂ ਨੇ ਉਹਨਾਂ ਵਾਅਦਿਆਂ ਨੂੰ ਕੀ ਕਹਿਣਾ? ਕੈਪਟਨ ਅਮਰਿੰਦਰ ਸਿੰਘ ਨੇ ਵਾਅਦੇ ਕੀਤੇ ਸੀਗੇ ਉਹ ਤਾਂ ਹੁਣ ਕਾਂਗਰਸ ਪੂਰੀ ਨਹੀਂ ਕਰ ਸਕਦੀ। ਅਸਲ ਦੇ ਵਿੱਚ ਉਹ ਕਾਂਗਰਸ ਦੇ ਵਾਅਦੇ ਸੀਗੇ, ਕਾਂਗਰਸ ਨੇ ਆਪਣੀ ਸਰਕਾਰ ਬਣਾਉਣ ਲਈ ਵਾਅਦੇ ਕੀਤੇ ਸੀ, ਜ਼ਰੀਆ ਕੈਪਟਨ ਅਮਰਿੰਦਰ ਸਿੰਘ ਬਣਾਇਆ ਸੀ। ਅੱਜ ਇਹਨਾਂ ਨੇ ਇਹੀ ਗੱਲ ਕਹਿ ਕੇ ਭੱਜ ਜਾਣਾ। ਆ ਜਿਹੜਾ ਨਵਾਂ ਸੀਐਮ ਬਣਾਤਾ ਜੰਨੀ, ਇਹਨੇ ਤਾਂ ਆਉਂਦੇ ਸਾਰ ਇੱਕੋ ਹੀ ਇੰਟਰਵਿਊ ਦੇਣੀ ਹੈ ਜਦੋਂ ਪੱਤਰਕਾਰ ਪੁੱਛਣਗੇ ਕਿ ਤੁਸੀਂ ਇਹਨਾਂ ਵਾਅਦਿਆਂ ਦਾ ਕੀ ਕਰੋਗੇ। ਉਹਨਾਂ ਨੇ ਕਹਿਣਾ ਜੀ ਉਹਦਾ ਕੈਪਟਨ ਅਮਰਿੰਦਰ ਸਿੰਘ ਜੀ ਨੇ ਕੀਤੇ ਸੀ, ਉਹਨਾਂ ਤੋਂ ਪੁੱਛੋ ਮੈਨੂੰ। ਪਰ ਉਸਨੇ ਜਿਹੜੀ ਗੱਲ ਕਹੀ ਹੈ ਵੀ ਇਹਦਾ ਵਾਅਦੇ ਕੈਪਟਨ ਅਮਰਿੰਦਰ ਪਰ ਪਾਰਟੀ ਤੇ ਕੋਈ ਹੈ, ਇਹਦੇ ਬਾਰੇ ਤੁਸੀਂ ਕੀ ਕਹੋਗੇ? ਇਹਨਾਂ ਦੀ ਇਹੀ ਤਾਂ ਗੱਲ ਮੈਂ ਕਹਿਣਾ ਚਾਹੁੰਦਾ ਵੀ ਇਹਨਾਂ ਦੀ ਪਾਰਟੀ ਇੱਕ ਹੈ, ਇਹਨਾਂ ਨੇ ਸਿਰਫ ਹੁਣ ਇੱਕ ਨਵਾਂ ਗੱਪੀ ਤਿਆਰ ਕਰ ਰਹੇ ਨੇ। ਉਹ ਨਵਾਂ ਗੱਪੀ 2022 ਦੇ ਵਿੱਚ ਨਵਜੋਤ ਸਿੰਘ ਸਿੱਧੂ ਆ ਰਿਹਾ। ਸਿੱਧੂ ਨੂੰ ਕਿਉਂਕਿ ਗੱਪ ਮਾਰਨੇ ਬੜੇ ਸੋਹਣੇ ਢੰਗ ਨਾਲ ਮਾਰਦਾ, ਚੰਨੀ ਨੂੰ ਤਾਂ ਇੱਕ ਬਲੀ ਦਾ ਬੱਕਰਾ ਬਣਾ ਕੇ ਅੱਜ ਮੁੱਖ ਮੰਤਰੀ ਬਣਾਇਆ, ਉਹਦਾ ਤਾਂ ਇੱਕੋ ਹੀ ਜਵਾਬ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਹਾਲੇ ਮੈਨੂੰ ਪਤਾ ਨਹੀਂ, ਹਾਲੇ ਮੈਨੂੰ ਪਤਾ ਨਹੀਂ। ਅਤੇ ਗੱਪੀ ਜਿਹੜਾ ਹੈਗਾ ਉਹ 2022 ਦੇ ਲਈ ਕਾਂਗਰਸ ਨਵਜੋਤ ਸਿੰਘ ਸਿੱਧੂ ਨੂੰ ਲਗਾਤਾਰ ਤਿਆਰ ਕਰ ਰਹੀ ਹੈ। ਉਹਨੂੰ ਹੁਣ ਉਹਨਾਂ ਨੇ ਮੁੱਖ ਮੰਤਰੀ ਇਸ ਲਈ ਨਹੀਂ ਬਣਾਇਆ ਕਿਉਂਕਿ ਉਹਨੇ 3 ਮਹੀਨਿਆਂ ਵਿੱਚ ਫੇਲ ਹੋ ਜਾਣਾ ਸੀਗਾ। ਉਹ ਸਿੱਧੂ ਦੇ ਨਾਮ 'ਤੇ ਸਰਕਾਰ ਬਣਾਉਣਾ ਚਾਹੁੰਦੀ ਹੈ ਕਾਂਗਰਸ ਵੀ ਅਸੀਂ ਇਹਦੇ ਨਾਮ 'ਤੇ ਸਰਕਾਰ ਬਣਾ ਲਈਏ, ਪੰਜਾਬ ਨੂੰ ਦੁਬਾਰਾ ਫਿਰ ਇੱਕ ਵਾਰੀ ਮੂਰਖ ਬਣਾ ਲਈਏ। ਪਰ ਇਸ ਵਾਰ ਜੋ ਪੰਜਾਬ ਹੈ ਉਹ ਪੂਰੀ ਤਰ੍ਹਾਂ ਜਾਗ ਚੁੱਕਿਆ ਕਿਉਂਕਿ ਕਿਸਾਨੀ ਅੰਦੋਲਨ ਨੇ ਲੋਕਾਂ ਨੂੰ ਇੰਨਾ ਕੁ ਤਾਂ ਜਗਾ ਦਿੱਤਾ ਕਿ ਉਹ ਆਪਣੇ ਚੰਗੇ ਅਤੇ ਮਾੜੇ ਦਾ ਫੈਸਲਾ ਕਰ ਸਕਦੇ ਨੇ। ਅੱਜ ਪੰਜਾਬ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਫੈਸਲਾ ਕਰ ਚੁੱਕਿਆ। ਆਉਣ ਵਾਲੇ ਸਮੇਂ 'ਚ ਤੁਸੀਂ ਦੇਖਿਓ ਅਰਵਿੰਦ ਕੇਜਰੀਵਾਲ ਹੀ ਦੁਨੀਆ ਦਾ ਇੱਕੋ ਇੱਕ ਮੁੱਖ ਮੰਤਰੀ ਹੈ ਜਿਹਨੇ ਵਾਅਦੇ ਕੀਤੇ ਅਤੇ ਪੂਰੇ ਕਰਕੇ ਦਿਖਾਏ। ਆਉਣ ਵਾਲੇ ਸਮੇਂ